ਹੈ ਬੱਸੀ ਪਠਾਣਾ ਦੀ ਸਬ ਜੇਲ੍ਹ ਜੋ ਕਿ ਮੁਗਲਾਂ ਦੇ ਸਮੇਂ ਦੇ ਵਿੱਚ ਬਣੀ ਹੋਈ ਸੀਗੀ ਅਤੇ ਇਸ ਟਾਈਮ ਇਹ ਖੰਡਰ ਹੋ ਚੁੱਕੀ ਹੈ ਅਤੇ ਆਪਾਂ ਇਹਨੂੰ ਇਹਦੇ 'ਚ ਆਪਾਂ ਬਲੌਕ ਸ਼ੂਟ ਕਰਦੇ ਹਾਂ। ਚਲੋ ਆਓ ਸੋ ਚੱਲਦੇ ਹਾਂ। ਬੱਸੀ ਪਠਾਣਾ ਦੇ ਵਿੱਚ ਇਹ ਜੇਲ੍ਹ ਹੈ, ਮਤਲਬ ਨਿਗਲੈਕਟਿਡ ਹੀ ਕਹਿ ਸਕਦੇ, ਇੱਕ ਟੂਰਿਸਟ ਸੈਂਟਰ ਕਰ ਚੁੱਕਿਆ ਬੱਸੀ ਪਠਾਣਾ ਦੀ ਸਬ ਜੇਲ੍ਹ ਦੇ ਵਿੱਚ। ਬਿਲਕੁਲ ਇੱਕ ਅਜੀਬ ਤਰ੍ਹਾਂ ਦੀ ਸਾਨੂੰ ਫੀਲਿੰਗ ਆ ਰਹੀ ਹੈ, ਉੱਚੀਆਂ ਉੱਚੀਆਂ ਕੰਧਾਂ, ਉਹੀ ਅਸੀਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕੈਦੀ ਇੱਥੇ ਕਿਵੇਂ ਰਹਿੰਦੇ ਹੋਣਗੇ, ਕਿਵੇਂ ਲੱਗ ਰਿਹਾ। ਆਪਾਂ ਪਹਿਲੀ ਵਾਰ ਇੱਥੇ ਆਏ ਹਾਂ ਨਾ, ਜੇਲ੍ਹ ਨਾਲ ਹੀ ਫੀਲਿੰਗ ਆ ਰਹੀ ਹੈ। ਕਿ ਤੂੰ ਪਹਿਲਾਂ ਕਦੇ ਗਿਆ ਅਸਲੀ ਜੇਲ੍ਹ 'ਚ? ਨਹੀਂ ਨਹੀਂ। ਫਿਰ ਤੈਨੂੰ ਕਿਵੇਂ ਪਤਾ ਵੀ ਇਹੋ ਜਿਹੀ ਫੀਲਿੰਗ ਆਉਂਦੀ ਹੈ ਜੇਲ੍ਹ 'ਚ? ਮੈਨੂੰ ਇੱਕ ਅਜੀਬ ਤਰ੍ਹਾਂ ਦੀ ਫੀਲਿੰਗ ਆ ਰਹੀ, ਇੱਕ ਆਪਾਂ ਆਜ਼ਾਦ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ। ਇੱਕ ਆਜ਼ਾਦੀ ਦਾ ਕੀ ਮਤਲਬ ਹੁੰਦਾ ਅੱਜ ਥੋੜ੍ਹਾ ਇੱਥੇ ਆ ਕੇ ਜ਼ਰੂਰ ਮਹਿਸੂਸ ਹੋ ਰਿਹਾ। ਸੋ ਇਸ ਟਾਈਮ ਮੈਂ ਪਹਿਲੀ ਵਾਰ ਇੱਥੇ ਆਇਆ ਅਤੇ ਜਿਵੇਂ ਕਿ ਦੇਖਣ ਦੇ ਵਿੱਚ ਲੱਗ ਰਿਹਾ ਕਿ ਬਿਲਕੁਲ ਅਸੀਂ ਇਸ ਟਾਈਮ ਸੈਂਟਰ 'ਚ ਖੜ੍ਹੇ ਹਾਂ। ਇੱਥੇ ਸਟਾਰਟਿੰਗ ਪੁਆਇੰਟ ਅਸੀਂ ਸਟਾਰਟ ਹੋ ਚੁੱਕੇ ਹਾਂ। ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਉੱਚੀਆਂ ਉੱਚੀਆਂ ਕੰਧਾਂ, ਉਵੇਂ ਜੇਲ੍ਹਾਂ ਬਣ ਗਈਆਂ। ਅਤੇ ਇੱਕ ਅਜੀਬ ਜਿਹੀ ਗੱਲ ਦੇਖਣ ਨੂੰ ਮੈਨੂੰ ਮਿਲੀ ਵੀ ਇੱਥੇ ਇੱਕ ਸਕੂਲ ਵੀ ਸਥਾਪਿਤ ਹੋ ਚੁੱਕਿਆ, ਸਰਕਾਰੀ ਸਕੂਲ ਹੈ ਪਿੱਛੇ ਮੇਰੇ, ਤੁਸੀਂ ਦੇਖ ਸਕਦੇ ਹੋ ਸਰਕਾਰੀ ਸਕੂਲ ਸਥਾਪਿਤ ਹੋ ਚੁੱਕਿਆ। ਉੱਥੇ ਐਲੀਮੈਂਟਰੀ ਸਕੂਲ ਹੈ ਨਾ, ਅਤੇ ਅੱਗੇ ਯਾਰ ਆਪਾਂ ਨੂੰ ਰਸਤਾ ਨਹੀਂ ਪਤਾ ਹੁਣ ਆਪਾਂ ਕਿੱਧਰ ਨੂੰ ਚੱਲੀਏ। ਸਿੱਧੇ ਜਾ ਰਹੇ ਹਾਂ, ਹੈਂ ਸਿੱਧੇ ਦੇਖ ਰਹੇ ਹਾਂ। ਸੋ ਦੋਸਤੋ, ਅੱਜ ਦਾ ਜਿਹੜਾ ਬਲੌਗ ਹੈ ਸੋ ਕਿਸੇ ਕਾਰਨ ਕਰਕੇ ਯਾਰ ਅਧੂਰਾ ਰਹਿ ਗਿਆ। ਕਾਰਨ ਕੁਛ ਹੋਰ ਨਹੀਂ ਹੈਗਾ, ਕਾਰਨ ਜਸਟ ਇਹੀ ਸੀਗਾ ਕਿ ਉੱਥੋਂ ਦੇ ਜੋ ਕੇਅਰ ਟੇਕਰ ਸੀਗੇ ਉਹਨਾਂ ਨੇ ਸਾਨੂੰ ਸ਼ੂਟ ਕਰਨ ਤੋਂ ਮਨਾ ਕਰਤਾ। ਕਹਿੰਦੇ DC ਸਾਹਿਬ ਦੀ ਮਨਜ਼ੂਰੀ ਬਿਨਾਂ, ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਬਿਨਾਂ ਤੁਸੀਂ ਇੱਥੇ ਕਿਸੇ ਤਰ੍ਹਾਂ ਦੀ ਕੋਈ ਫਿਲਮਿੰਗ ਜਾਂ ਵੀਡੀਓ ਸ਼ੂਟ ਨਹੀਂ ਕਰ ਸਕਦੇ ਜਾਂ ਫੋਟੋ ਵੀ ਨਹੀਂ ਈਵਨ ਖਿੱਚ ਸਕਦੇ। ਸੋ ਉਹਨਾਂ ਨੇ ਕਿਹਾ ਸਾਨੂੰ ਕਿ ਤੁਸੀਂ ਪਹਿਲਾਂ ਮਨਜ਼ੂਰੀ ਲੈ ਕੇ ਆਓ, ਉਸ ਤੋਂ ਬਾਅਦ ਹੀ ਤੁਹਾਨੂੰ ਇੱਥੇ ਅਸੀਂ ਅਲਾਓ ਕਰਾਂਗੇ। ਸੋ ਦੋਸਤੋ, ਜੇ ਤੁਹਾਨੂੰ ਸਾਡੀ ਇੰਨੀ ਛੋਟੀ ਜਿਹੀ ਵੀਡੀਓ ਹੀ ਪਸੰਦ ਆਈ ਹੈ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਅਤੇ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਮੈਂ DC ਸਾਹਿਬ ਤੋਂ ਮਨਜ਼ੂਰੀ ਲੈ ਕੇ ਉੱਥੇ ਪੂਰਾ ਪ੍ਰੋਪਰ ਬਲੌਗ ਸ਼ੂਟ ਕਰਾਂ। ਅਤੇ ਬਾਕੀ ਇੰਨੀ ਕੁ ਫਿਲਹਾਲ ਤੁਸੀਂ ਇੰਨੀ ਕੁ ਵੀਡੀਓ ਇੰਜੋਏ ਕਰੋ ਅਤੇ ਹੋ ਸਕਿਆ ਤਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ। ਧੰਨਵਾਦ। ਓਕੇ, ਬਾਏ।